ਹਾਂਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆਪਣੇ ਚੈਨਲ ਦੇ ਉੱਤੇ ਅੱਜ ਤੁਹਾਡੇ ਨਾਲ ਕੁਝ ਪੀਪੀਆ ਟੈਲੈਂਟ ਜਿਹੜੀਆਂ ਸ਼ੇਅਰ ਕਰੂੰਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਡੇਲੀ-ਡੇਲੀ ਹੁਣ ਤੁਹਾਡੇ ਨਾਲ ਕੁਝ ਪੀਪੀਆ ਟੈਲੈਂਟ ਜਿਹੜੀਆਂ ਸ਼ੇਅਰ ਕਰਦਾ ਰਹਿਣਾਗਾ ਤੇ ਅੱਜ ਦੀ ਦਿਨ ਜਿਹੜੀ ਹੈਗੀ ਮੈਂ ਦੂਜਾ ਪਾਰ ਜਿਹੜਾ ਪੀਪੀਆਰ ਦਾ ਸ਼ੇਅਰ ਕਰ ਰਿਹਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੀਪੀਆਰ ਦੀ ਸਪੀਡ ਹੈ ਜਿਹੜੀ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਫਾਸਟ ਹੋਈ ਹੈ ਕਿੰਨੇ ਜਿਆਦੇ ਜਿਹੜੇ ਰਿਜ਼ਲਟ ਨੇ ਪਹਿਲਾਂ ਨਾਲੋਂ ਜ਼ਿਆਦਾ ਮਿਲਣੇ ਸ਼ੁਰੂ ਹੋ ਚੁੱਕੇ ਨੇਗੇ ਤਾਂ ਜੀ ਅੱਜ ਦੀ ਵੀਡੀਓ 'ਚ ਆਪਾਂ ਜਿਹੜੀ ਹੈਗੇ ਐਲਮਾ ਯੂਰਕ ਪਰ ਮਿਡਸ ਪਾਊਸਲ ਓਪਨ ਪਰਮੈਂਟ ਪਲੱਸ ਆਪਾਂ ਜਿਹੜੀ ਹੈਗੇ ਵਿਜ਼ਟਰ ਵੀਜ਼ੇ ਦੀਆਂ ਜਿਹੜੀਆਂ ਪੀਪੀਆਰ ਟਾਈਮਲਾਈਨ ਜਿਹੜੀਆਂ ਸ਼ੇਅਰ ਕਰਨੀਆਂ ਨੇਗੀਆਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਸਪਾਊਸਲ ਓਪਨ ਪਰਮੈਂਟ ਦੀ ਜਿਹੜੀ ਗੱਲ ਕਰਦੇ ਆਂ ਜਿਹੜੀ ਫਸਟ ਐਪਲੀਕੇਸ਼ਨ ਹੈਗੀ ਹੈ 3 ਮਾਰਚ 2022 ਨੂੰ ਫਾਈਲ ਲੱਗਦੀ ਹੈਗੀ 13 ਜੁਲਾਈ 2022 ਨੂੰ ਰਿਵਿਊ ਸਟਾਰਟ ਹੁੰਦਾ ਹੈ ਨਾ ਤਾਂ 21 ਜੁਲਾਈ 2022 ਨੂੰ ਜਿਹੜ ਨੈਕਸਟ ਵੀ ਐਪਲੀਕੇਸ਼ਨ ਆਗੀ ਜਿਹਨਦੀ 2 ਜੁਲਾਈ 2021 ਨੂੰ ਐਪਲੀਕੇਸ਼ਨ ਲੱਗਦੀ ਹੈਗੀ ਬਾਇਓਮੈਟ੍ਰਿਕ 10 ਸਤੰਬਰ 2021 ਨੂੰ ਹੁੰਦੇ ਨੇਗੇ ਮੈਡੀਕਲ ਦੀ ਰਿਕੁਐਸਟ ਹੁੰਦੀ ਹੈ 8 ਜੁਲਾਈ 2022 ਨੂੰ ਤੇ ਫਾਈਨਲੀ ਪੀਪੀਆਰ ਜਿਹੜੀ ਹੈਗੀ ਅੱਜ ਦੇ ਦਿਨ ਜਿਹੜੀ ਹੈਗੀ ਆ ਇਹਨਾਂ ਨੂੰ ਇਹਨਾਂ ਦੀ ਦੇਖਣ ਨੂੰ ਮਿਲ ਚੁੱਕੀ ਹੈਗੀ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਹੈ 23 ਫੈਬ 2022 ਨੂੰ ਫਾਈਲ ਲੱਗਦੀ ਹੈਗੀ 1 ਮਾਰਚ 2022 ਨੂੰ ਜਿਹੜੀ ਹੈਗੀ ਇਹਨਾਂ ਨੂੰ ਬਾਇਓਮੈਟ੍ਰਿਕ ਹੁੰਦੇ ਨੇਗੇ ਇਸ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਦੀ ਰਿਕੁਐਸਟ ਆਉਂਦੀ ਹੈਗੀ 30 ਜੂਨ 2022 ਨੂੰ ਅਫਰੈਂਡ ਇਹਨਾਂ ਦਾ ਮੈਡੀਕਲ ਸੀਗਾ 20 ਜੁਲਾਈ 2022 ਜਿਹੜੀ ਹੈਗੀ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਜਿਹੜੀ ਉਹ ਦੇਖਣ ਨੂੰ ਮਿਲ ਜਾਂਦੀ ਆ ਤੇ ਨੈ ਜੁੜੀ ਹੋ ਗਿਆ ਇਹਦੀ ਪੀਪੀਆਰ ਆਈਡੀ ਇਹਨਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ ਨੈਕਸਟ ਜਿਹੜੀ ਫਾਈਲ ਹੈਗੀ ਆ 27 ਮਾਰਚ 2022 ਦੀ ਜਿਹੜੀ ਇਹਨਾਂ ਦੀ ਫਾਈਲ ਲੱਗਦੀ ਹੈਗੀ ਤੇ 1 ਮਈ 2022 ਦੀ ਜਿਹੜੀ ਹੈਗੀ ਇਹਨਾਂ ਦੇ ਬਾਇਓਮੈਟ੍ਰਿਕ ਹੁੰਦੇ ਨੇ ਤੇ 19 ਜੁਲਾਈ 2022 ਦੀ ਜਿਹੜੀ ਹੈਗੀ ਇਹਨੂੰ ਇਹਨਾਂ ਦੀ ਪੀਪੀਆਰ ਆਈਡੀ ਉਹ ਦੇਖਣ ਨੂੰ ਮਿਲ ਜਾਂਦੀ ਹੈਗੀ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਇੱਕ ਜਿਹੜੀ ਪੀਪੀਆਰ ਟਾਈਮਲਾਈਨ ਹੈਗੀ ਹੈ ਇਹ ਜਿਹੜੀ ਕਿ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ ਦੀ ਹੈਗੀ ਆ ਇਹਨਾਂ ਦੀ ਫਾਈਲ 6 April 2022 ਨੂੰ ਲੱਗੀ ਹੈਗੀ 11 April 2022 ਨੂੰ ਜਿਹੜੀ ਹੈਗੀ ਇਹਨਾਂ ਨੂੰ ਬਾਇਓਮੈਟ੍ਰਿਕ ਜਿਹੜੇ ਇਹਨਾਂ ਦੇ ਹੋ ਚੁੱਕੇ ਸੀਗੇ ਤੇ 20 July 2022 ਨੂੰ ਜਿਹੜੀ ਹੈਗੀ ਇਹਨਾਂ ਨੂੰ ਪੀਪੀਆਰ ਦੇਖਣ ਨੂੰ ਮਿਲ ਚੁੱਕੀ ਆ ਤਾਂ ਜਿਹੜੇ ਹੈਗੇ ਨੇ ਵਿਸਟਰ ਵੀਜ਼ੇ ਤੇ ਹੋਰ ਵੀ ਬਹੁਤ ਜਿਹੜੇ ਰਿਜ਼ਲਟ ਆ ਰਹੇ ਨੇ ਬਟ ਇਹਨਾਂ ਦੀ ਜਿਹੜੀ ਪੀਪੀਆਰਸ ਮੈਂ ਤੁਹਾਨੂੰ ਇੱਕ ਦੋ ਸ਼ੇਅਰ ਕਰਦਾ ਹਾਂ ਉਹਨਾਂ ਕਿਉਂਕਿ ਇੱਕ ਜਿਹੜਾ ਹੈਗਾ ਇਨ ਐਪਲੀਕੇਸ਼ਨ ਬਹੁਤ ਜ਼ਿਆਦਾ ਲੱਗੀ ਹੋਣ ਕਰਕੇ ਬਹੁਤ ਜ਼ਿਆਦਾ ਆਈਡੀਆਂ ਪੀਪੀਆਰਸ ਹੋ ਜਾਂਦੀਆਂ ਨੇ ਬਟ ਇਹਨਾਂ ਦੇ ਰਿਜ਼ਲਟ ਜਿਹੜੇ ਰੈਗੂਲਰ ਦੇਖਣ ਨੂੰ ਮਿਲਦੇ ਨੇ ਇਹਨਾਂ ਦਾ ਜਿਹੜਾ ਇੱਕ ਜੋ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੋਜ਼ਿਟਿਵ ਰੇਟ ਹੁੰਦਾਗਾ ਉਹ ਸਟੇਬਲ ਰਹਿੰਦਾਗਾ 50 50 ਰਹਿੰਦਾ ਤਾਂ ਰਫਿਊਜ਼ਲ ਪਲੱਸ ਜਿਹੜੀਆਂ ਹੈਗਾ ਪੀਪੀਆਰ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਗਿਆ ਤੇ ਹੁਣ ਇਸ ਤੋਂ ਬਾਅਦ ਜਿਹੜੀਆਂ ਕੁਝ ਐਲਮਏ ਦੀਆਂ ਪੀਪੀਆਰ ਟਰਮਲ ਨੇ ਜਿਹੜੇ ਸ਼ੇਅਰ ਕਰ ਲੈਣਾ ਆਪਣੇ ਗਰੁੱਪ ਦੇ ਵਿੱਚ ਸ਼ੇਅਰ ਹੋਈਆਂ ਸੀਗੀਆਂ ਤੇ ਕੁੱਕ ਵੀਜ਼ਾ ਹੈਗਾ ਨਾ 362 ਦੀ ਜਿਹੜੀ ਹੈਗੀ ਆ ਜਿੰਨ ਨੂੰ ਪਾਸਪੋਰਟ ਦੀ ਰਿਕਵੈਸਟ ਆ ਗਈ ਤੇ ਜੁਲਾਈ 2021 ਚ ਇਹਨਾਂ ਦੀ ਫਾਈਲ ਲੱਗਦੀ ਆ ਅਗਸਤ ਮਹੀਨੇ ਦੇ ਬਾਇਓਮੈਟ੍ਰਿਕ ਨੇ ਜੁਲਾਈ 2022 ਨੂੰ ਜਿਹੜਾ ਹੈਗਾ ਇਹਨਾਂ ਦਾ ਮੈਡੀਕਲ ਹੁੰਦਾ ਹੈ ਤੇ ਪੀਪੀਆਰ ਜਿਹੜੀ ਅੱਜ ਦੇ ਦਿਨ ਜਿਹੜੀ ਇਹਨਾਂ ਨੂੰ ਰੀਸੀਵ ਹੋ ਚੁੱਕੀ ਹੈਗੀ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਆ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਲੱਗਦੀ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ 18 ਜਨਵਰੀ 2022 ਨੂੰ ਲੱਗਦੀ ਹੈ ਮੈਡੀਕਲ ਦੀ ਰਿਕਵੈਸਟ ਹੁੰਦੀ ਹੈ 11 ਜੁਲਾਈ 2022 ਨੂੰ ਮੈਡੀਕਲ ਜਿਹੜਾ ਇਹਨਾਂ ਦਾ ਅਪਡੇਟ ਹੁੰਦਾ ਹੈ 15 ਜੁਲਾਈ 2022 ਨੂੰ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਪੀਪੀਆਰ ਜਿਹੜੀ ਹੈਗਾ 21 ਜੁਲਾਈ 2022 ਨੂੰ ਦੇਖਣ ਨੂੰ ਮਿਲਦੀ ਹੈ ਤਾਂ ਤੁਸੀਂ ਦੇਖ 2022 ਦੀਆਂ ਐਪਲੀਕੇਸ਼ਨ ਜਿਹੜੇ ਹਨ ਐਲਐਮਆਈ ਦੇ ਵੀ ਰਿਜ਼ਲਟ ਬਹੁਤ ਤੇਜ਼ ਹੋ ਚੁੱਕੇ ਨੇਗੇ ਐਲਐਮਆਈ ਦੇ ਵੀ ਡੇਲੀ ਡੇਲੀ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਉਸ ਦੇ ਨਾਲ ਤੋਂ ਇਹਨਾਂ ਦੀ ਜਿਹੜੀ ਹੈ 13 11 ਦਾ ਜਿਹੜਾ ਇੱਕ ਇਹਨਾਂ ਦਾ 9 ਕੋਡ ਜਿਹੜਾ ਹੈਗਾਗਾ ਤਾਂ ਤੁਸੀਂ ਦੇਖ ਸਕਦੇ ਹੋ ਅਕਾਊਂਟਿੰਗ ਟੈਕਨੀਸ਼ੀਅਨ ਦੀ ਜਿਹੜੀ ਇਹਨਾਂ ਦੀ ਜੌਬ ਹੈਗੀ ਹੈਗੀ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਪੀਪੀਆਰਸ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਡੇ ਵਿਡਾਏ ਜਿਹੜੀਆਂ ਪੀਪੀਆਰਸ ਆ ਰਹੀਆਂ ਨੇ ਗਿਆ ਤਾਂ ਹੋਰ ਵੀ ਛੋਟਾ ਪੀਪੀਆ ਟੈਲੈਂਟ ਜਦੋਂ ਮੇਰੇ ਲਈ ਵੀ ਸ਼ੇਅਰ ਹੋਣਗੇ ਤੁਹਾਡਾਂ ਜਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਜੇ ਇਹੀ ਕੁਝ ਪੀਪੀਆ ਟੈਲੈਂਟ ਜਿਹੜੀਆਂ ਸ਼ੇਅਰ ਕਰਨੇ ਸੀ ਜੇਕਰ ਤੁਹਾਨੂੰ ਵੀ ਵੀਡੀਓ ਤੇ ਲੱਗੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਕੇ ਜਾਓ ਚੈਨਲ ਸਬਸਕ੍ਰਾਈਬ ਕਰ ਦਿਓ ਓਕੇ ਜੀ ਥੈਂਕ ਯੂ